ਅਸਨ ਪਾਵਰ ਦੇਖ ਲਵੇ ਮੁਨੇ ਜਰਮਾਨ ਸਿਵ ਜੋਗਰੀ ਗੁਰ ਬੇਦ ਬਲੰਚ ਵਜਾ ਲਿਓ ਹਜਾ ਪਣ ਛੜੋ ਜੇ ਕਰੀ
ਦੁਨੀਆ ਤੇਰੀ ਮਸਤੀ ਰਹੇ, ਚਾਹੁੰਦਾ ਦੁਨੀਆ ਤੇਰੀ ਮਸਤੀ ਰਹੇ, ਇਹਦੀ ਫੇਰ ਕੋਈ ਨੂੰ ਸੱਚੀ ਪਰ ਪਕਾਰਦੀ ਇਧਰ ਮੈਨੀ ਦਾ ਹੁਣ ਵਿਸ਼ਣਾ ਕਿਸੇ ਭੁਲੇਖੇ ਦੇ ਮਾਨਸ ਵੇਰੀ ਹੋਵੇ ਜੋਤ ਹੋਵੇ ਕਰਤਾਰ ਦੀ ਬਸ ਮੈਂ ਬੰਦਾ ਮੇ ਦੱਸੇ ਅਰਦਾਸ ਕਰਾਂ ਭਲੇਰੀਆਂ ਕੁਝ ਮਰ ਲੈ ਸਕਦੇ ਮੇਰੀਆਂ ਕਰਕੇ ਕਹੋ ਵਾਹਿਗੁਰੂ ਮੇਰੀ ਬੇਨਤੀ ਹਾਂ ਪੁਰਾਣਾ ਦੀ ਕਥਾ ਅਨੁਸਾਰ ਕਦੇ ਈਸ਼ਵਰ ਮੱਛ ਬਣ ਕੇ ਆ ਗਿਆ, ਕਦੇ ਕੱਛੂ ਬਣ ਕੇ ਆ ਗਿਆ, ਕਦੇ ਵਰਾਹ ਪਾਪ ਸੂਰ ਬਣ ਕੇ ਆ ਗਿਆ, ਕਦੇ ਨਰਸਿੰਘ ਬਣ ਕੇ ਆ ਗਿਆ। ਜਿੱਦਾਂ ਹੇਠਲਾ ਤੜ ਬੰਦੇ ਦਾ ਔਰ ਉੱਪਰਲਾ ਸ਼ੇਰ ਦਾ ਸੀ, ਇਸੇ ਗੱਲ ਵਾਲੇ ਇਸ਼ਾਰਾ ਹੈ। ਧਰਤੀ ਕਹਿ ਰਹੀ ਹੈ ਸੱਚੇ ਪਾਤਸ਼ਾਹ ਮੈਂ ਉਹਨਾਂ ਭੁਲੇਖਿਆ ਵਿੱਚ ਨਹੀਂ ਬਹਿਣਾ ਚਾਹੁੰਦੀ, ਮੇਰੀ ਪ੍ਰਾਰਥਨਾ ਹੈ ਜੋਤ ਤੇਰੀ ਹੋਵੇ ਵਰਜਾਮਾ ਇਨਸਾਨ ਦਾ ਹੋਏ। ਤਾਂ ਭਾਈ ਗੁਰਦਾਸ ਜੀ ਕਹਿੰਦੇ ਹਨ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਫਰਿਆਦ ਸੁਣ ਕੇ ਨਿਰੰਕਾਰ ਨੇ ਆਪਣੀ ਜੋਤ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੰਸਾਰ ਵਿੱਚ ਭੇਜਿਆ। ਤਾਂ ਆਏ ਕੁਛ ਮਨੋਰਥ ਵਾਸਤੇ ਹਨ ਕਰ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਨੂੰ ਤਾਰਨ ਵਾਸਤੇ, ਕਲਯੁਗ ਦੇ ਜੀਵਾਂ ਦੇ ਉਧਾਰ ਵਾਸਤੇ ਆਏ। ਭਾਰਤ ਨੂੰ ਰਿਸ਼ੀਆਂ ਮੁਨੀਆਂ ਦਾ ਦੇਸ਼ ਮੰਨਿਆ ਜਾਂਦਾ ਹੈ। ਮਹਾਨ ਪੁਰਸ਼ ਅਨੇਕਾਂ ਹੋਏ ਹਨ, ਮਗਰ ਬਹੁਤੇ ਉਹਨਾਂ ਵਿੱਚੋਂ ਜਾਂ ਰਾਜੇ ਜਾਂ ਰਾਜਕੁਮਾਰ ਹੋਏ ਹਨ। ਭਗਵਾਨ ਰਾਮਚੰਦਰ, ਭਗਵਾਨ ਕ੍ਰਿਸ਼ਨ, ਮਹਾਤਮਾ ਬੁੱਧ, ਜੈਨ ਮੁਨੀ, ਇਹਨਾਂ ਨੂੰ ਬਹੁਤ ਹੀ ਵਡਿਆਈ ਵਿਰਸੇ 'ਚ ਮਿਲੀ ਹੈ। ਰਾਜਾ ਹੋਣਾ ਜਾਂ ਰਾਜਕੁਮਾਰ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਸਤਤ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਸਾਧਾਰਨ ਘਰ ਇੱਕ ਪਟਵਾਰੀ ਦੇ ਘਰ ਪ੍ਰਗਟ ਹੋਏ ਹਨ। ਹਜ਼ੂਰ ਨੂੰ ਜੋ ਵਡਿਆਈ ਮਿਲੀ ਹੈ ਉਹ ਉਹਨਾਂ ਦੀ ਆਪਣੀ ਕਰਨੀ ਦਾ ਕਾਰਨ, ਕਠਿਨ ਤਪੱਸਿਆ ਔਰ ਸਾਧਨਾ ਦਾ ਕਾਰਨ ਮਿਲੀ ਹੈ। ਮਹਾਤਮਾ ਬੁੱਧ ਨੂੰ ਪੂਰਬ ਦਾ ਚਾਨਣ ਕਿਹਾ ਜਾਂਦਾ ਹੈ। ਇਹਨਾਂ ਸਾਰੀਆਂ ਮੁਸੀਬਤਾਂ ਤੋਂ, ਇਸ ਬੁਢਾਪੇ ਤੋਂ, ਇਸ ਰੋਗ ਤੋਂ, ਇਸ ਮੌਤ ਤੋਂ ਵਧੀਆ ਕਿਵੇਂ ਜਾਏ, ਆਤਮਾ ਦੀ ਆਵਾਜ਼ ਆਈ ਕੇਵਲ ਤਪ ਸਾਧਨਾ, ਹੋਰ ਕੋਈ ਢੰਗ ਨਹੀਂ। ਮੈਂ ਪਰਿਵਾਰ ਵਿੱਚ ਰਹਿ ਕੇ ਮੈਂ ਤਪ ਕਰ ਵੀ ਸਕਾਂਗਾ? ਨਹੀਂ, ਇੱਥੋਂ ਨੱਸਣਾ ਪਏਗਾ। ਅੱਧੀ ਰਾਤ ਯਸ਼ੋਧਰਾ ਸੁੱਤੀ ਪਈ, ਉਹਦੀ ਛਾਤੀ 'ਤੇ 5 ਮਹੀਨੇ ਦਾ ਰਾਹੁਲ ਹੈ। ਸੁੱਤੇ ਪਏ ਮਾਂ ਔਰ ਪੁੱਤਰ ਨੂੰ ਛੱਡ ਕੇ ਰਾਜਕੁਮਾਰ ਸਿਧਾਰਥ ਚੋਰਾਂ ਵਾਂਗ ਨੱਸੇ ਜੰਗਲਾਂ ਵਿੱਚ। ਬੜਾ ਕਠਿਨ ਤਪ ਕਰਨ ਦੇ ਬਾਅਦ ਉਸਨੂੰ ਸਿੱਧੀ ਪ੍ਰਾਪਤ ਹੋਈ ਔਰ ਉਹ ਮਹਾਤਮਾ ਬੁੱਧ ਅਖਵਾਇਆ। ਮੇਰਾ ਪ੍ਰਮਾਣ ਤੋਂ ਮਤਲਬ ਹੈ ਮਹਾਤਮਾ ਬੁੱਧ ਘਰੋਂ ਕੁਝ ਲੈਣ ਵਾਸਤੇ ਚੱਲੇ ਹੈ ਅਤੇ ਚੋਰਾਂ ਵਾਂਗ ਦੌੜੇ ਹੈ। ਮੇਰੇ ਗੁਰੂ ਮਹਾਰਾਜ 28 ਸਾਲ ਤੱਕ ਆਪਣੇ ਆਪ ਨੂੰ ਉਸ ਕਾਰਜ ਵਾਸਤੇ ਤਿਆਰ ਕੀਤਾ ਹੈ ਜਿਸ ਕੰਮ ਵਾਸਤੇ ਨਿਰੰਕਾਰ ਨੇ ਭੇਜਿਆ ਸੀ। ਫਿਰ ਚੋਰੀ ਨਹੀਂ ਗਏ, ਕਈ ਦਿਨ ਪਹਿਲਾਂ ਐਲਾਨ ਕਰ ਦਿੱਤਾ ਹੈ ਫਲਾਣੇ ਦਿਨ ਅਸੀਂ ਨਿਰੰਕਾਰ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਘਰੋਂ ਤੁਰ ਪਵਾਂਗੇ। ਸਾਰਾ ਪਰਿਵਾਰ ਸਾਹਮਣੇ ਖਲੋਤਾ ਹੈ, ਮਾਤਾ ਪਿਤਾ ਖਲੋਤੇ ਹਨ, ਧਰਮ ਪਤਨੀ ਹੈ, ਵੱਡੀ ਭੈਣ ਹੈ। ਸਭ ਤੋਂ ਪਹਿਲਾਂ ਹਜ਼ੂਰ ਦੇ ਮਹਿਲ ਮਾਤਾ ਸੁਲੱਖਣੀ ਜੀ ਅੱਗੇ ਵਧੇ, ਗੁਰਦੇਵ ਦੇ ਚਰਨਾਂ ਦੇ ਸਿਰ ਧਰ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਭਾਰਤ ਦੀ ਇਸਤਰੀ ਆਪਣੇ ਪਤੀ ਨੂੰ ਪਰਮਾਤਮਾ ਮੰਨਦੀ, ਮੈਥੋਂ ਹਜ਼ਾਰਾਂ ਫੁੱਲਾਂ ਹੋਈਆਂ ਹੋਣਗੀਆਂ, ਮਗਰ ਮੇਰੀ ਕਿਸੇ ਗਲਤੀ ਦਾ ਕਾਰਨ ਮੈਨੂੰ ਤਿਆਗ ਕੇ ਨਾ ਜਾਓ।
ਹਜ਼ੂਰ ਮੁਸਕਰਾਏ ਤੇ ਕਹਿਣ ਲੱਗੇ, ਸੁਲੱਖਣੀ ਜੀ, ਤੁਹਾਡੇ ਮਨ ਵਿੱਚ ਇਹ ਵਿਚਾਰ ਕਿਵੇਂ ਪੈਦਾ ਹੋਇਆ ਕਿ ਅਸੀਂ ਤੁਹਾਨੂੰ ਤਿਆਗ ਕੇ ਜਾ ਰਹਾਂਗੇ? ਨਹੀਂ, ਨਿਰੰਕਾਰ ਦੇ ਹੁਕਮ ਨਾਲ ਚੱਲੇ ਹਾਂ, ਕਰ ਫਿਰ ਉਸਦਾ ਹੁਕਮ ਹੋਏਗਾ, ਆਵਾਂਗੇ, ਤੁਸੀਂ ਸਾਡੇ ਨਾਲ ਹੋਵੋਗੇ। ਮੇਰੇ ਵਿਚਾਰਾਂ ਅਨੁਸਾਰ, ਮੇਰੇ ਧਰਮ ਅਨੁਸਾਰ, ਇੱਕ ਵਾਰ ਗ੍ਰਿਸ਼ ਧਰਨ ਕਰਕੇ ਗ੍ਰਿਸ਼ ਤੋਂ ਨਿਰਥਣਾ ਇੱਕ ਮਾਂ ਬਾਪ ਹੈ, ਆਪ ਘਬਰਾਓ ਨਹੀਂ। ਉਸ ਤੋਂ ਬਾਅਦ ਹਜ਼ੂਰ ਨੇ ਫਿਰ ਪੁੱਛੇ, ਸੁਲੱਖਣੀ ਜੀਓ, ਇੱਕ ਗੱਲ ਪੁੱਛਣਾ ਚਾਹੁੰਦੇ, ਤੁਸੀਂ ਸਾਨੂੰ ਆਪਣਾ ਪਤੀ ਮੰਨਦੇ ਹੋ ਨਾ, ਮਾਲਕ ਮੰਨਦੇ ਹੋ ਨਾ? ਹਾਂ ਮਹਾਰਾਜ, ਪਤੀ ਇਸਤਰੀ ਦਾ ਮਾਲਕ ਹੈ, ਪਰਮਾਤਮਾ ਹੈ। ਇੱਕ ਸਵਾਲ ਹੋਰ ਕਹਿਣਾ ਚਾਹੁੰਦੇ, ਤੁਹਾਨੂੰ ਆਪਣੇ ਮਾਲਕ ਦਾ ਹੁਕਮ ਮੰਨਣ ਵਿੱਚ ਕਿੰਨੀ ਖੁਸ਼ੀ ਪ੍ਰਾਪਤ ਹੁੰਦੀ ਹੈ? ਸਿਰ ਝੁਕਾ ਕੇ ਕਿਹਾ, ਸੱਚੇ ਪਾਤਸ਼ਾਹ, ਇਸ ਖੁਸ਼ੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ। ਤਾਂ ਹਜ਼ੂਰ ਨੇ ਕਿਹਾ, ਸੁਲੱਖਣੀ ਜੀ, ਸਾਡਾ ਵੀ ਇੱਕ ਮਾਲਕ ਹੈ, ਅਸੀਂ ਉਸ ਮਾਲਕ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਜਾ ਰਹੇ ਹਾਂ, ਸਾਡੇ ਅੰਦਰ ਵੀ ਖੁਸ਼ੀ ਹੈ। ਖੈਰ ਨੁਰਤ ਹੋ ਗਈ ਹੈ ਮਾਤਾ ਸੁਲੱਖਣੀ ਜੀ। ਬੇਬੇ ਨਾਨਕੀ ਜੀ ਅੱਗੇ ਵਧੇ, ਤਿੰਨ ਕੁ ਸਾਲ ਦਾ ਸ੍ਰੀ ਚੰਦ ਇਸ਼ਾਰਾ ਕੀਤਾ ਤਾਂ ਦਾਤਾਰ ਜੀ ਦੇ ਲੱਤਾਂ ਨਾਲ ਚੰਬੜ ਗਏ। ਬੇਬੇ ਨਾਨਕੀ ਜੀ ਕਹਿਣ ਲੱਗੇ, ਮੇਰੇ ਚੰਗੇ ਵੀਰ, ਹੁਣ ਸ੍ਰੀ ਚੰਦ ਤਿੰਨ ਸਾਲ ਦਾ ਹੋ ਗਿਆ ਹੈ, ਬਾਹਰ ਖੇਡਣ ਜਾਏਗਾ, ਹਾਨੀਆਂ ਨਾਲ ਲੜੇਗਾ, ਝਗੜੇਗਾ, ਇਹਦਾ ਵਿਰੋਧੀ ਦੌੜੇਗਾ, ਆਪਣੇ ਪਿਤਾ ਦੀ ਗੋਦੀ ਵਿੱਚ ਬਹਿ ਕੇ ਇਹਦੀ ਸ਼ਿਕਾਇਤ ਕਰੇਗਾ। ਜਦ ਇਹ ਦੌੜ ਕੇ ਆਏਗਾ, ਇਹ ਕਿਹਦੀ ਗੋਦੀ ਵਿੱਚ ਬਹਿ ਕੇ ਵਿਰੋਧੀ ਦੀ ਸ਼ਿਕਾਇਤ ਕਰੇਗਾ ਕਿ ਆਪ ਇਸਦਾ ਕੁਦਰਤੀ ਹੱਕ ਪਿਤਾ ਦੀ ਗੋਦ ਖੋ ਕੇ ਨਹੀਂ ਲਾ ਰਹੇ? ਬਹੁਤ ਵੱਡਾ ਸਵਾਲ ਹੈ। ਹਜ਼ੂਰ ਨੇ ਬੜੇ ਤੀਰਿਕ ਨਾਲ ਕਿਹਾ, ਬੇਬੇ ਜੀਓ, ਸ੍ਰੀ ਚੰਦ ਨੂੰ ਤਾਂ ਇਸਦਾ ਹੱਕ ਮਿਲਣਾ ਹੀ ਚਾਹੀਦਾ। ਈਸ਼ਵਰ ਨੇ ਤੁਹਾਨੂੰ ਇਸੇ ਵਾਸਤੇ ਮਾਂ ਨਹੀਂ ਬਣਾਇਆ ਕਿ ਤੁਸੀਂ ਸ੍ਰੀ ਚੰਦ ਦਾ ਬਾਪ ਬਣ ਕੇ ਉਹ ਫਰਜ਼ ਪੂਰੇ ਕਰੋ। ਸ੍ਰੀ ਚੰਦ ਤੁਹਾਡੇ ਕੋਲ ਰਹੇਗਾ ਅਤੇ 5 ਮਹੀਨੇ ਦਾ ਲਕਮੀ ਦਾ ਸੁਲੱਖਣੀ ਜੀ ਪਾਸ ਰਹੇਗਾ। ਦਾਤਾਰ ਤੁਰੇ ਹਨ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਸੁਲਤਾਨਪੁਰ ਤੋਂ ਤੁਰ ਕੇ ਸਭ ਤੋਂ ਪਹਿਲਾਂ ਮਹਾਰਾਜ ਏਮਨਾਬਾਦ ਹੀ ਕਿਉਂ ਪਹੁੰਚੇ ਹਨ? ਅਸਲ ਵਿੱਚ ਉਸ ਜ਼ਮਾਨੇ ਅੰਦਰ ਔਰ ਅੱਜ ਦੇ ਸਮੇਂ ਵਿੱਚ ਵੀ ਕਰਮਕਾਂਡੀ ਤਪੱਸਿਆ ਕਰਦਾ ਹੈ, ਤਪ ਕਰਦਾ ਹੈ, ਧੂਣੀਆਂ ਕਰਦਾ ਹੈ, ਜਲ ਤਾਰਾ ਕਰਦਾ ਹੈ, ਜਗ ਕਰਦਾ ਹੈ, ਮੇਰੇ ਪ੍ਰਾਪੇ ਗੰਡੇ ਵਾਸਤੇ, ਤਾਂ ਕਿ ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਸ਼ੋਹਰਤ ਹੋ ਜਾਏ। ਸੋ ਮਨੁੱਖ ਕਰਮਕਾਂਡੀ ਚੰਗਾ ਫਣ ਦਾ ਯਤਨ ਹੀ ਕਰਦਾ, ਚੰਗਾ ਅਕਵਾਉਣਾ ਹੀ ਉਹਦੀ ਇੱਛਾ ਹੁੰਦੀ ਹੈ। ਮਲਕ ਪਾਗੋ ਨੇ ਬ੍ਰਹਮ ਖੋਜ ਕਰਨਾ ਹੈ। ਸਾਰੇ ਪੰਜਾਬ ਵਿੱਚ ਟੰਡੋਰਾ ਪਿੱਟ ਆ ਗਿਆ ਕਿ ਇਤਨਾ ਵੱਡਾ ਬ੍ਰਹਮ ਖੋਜ ਹੋ ਰਿਹਾ ਹੈ। ਸਭ ਪੰਡਿਤ, ਸਾਧੂ, ਮਹਾਤਮਾ, ਸੰਤ, ਰਿਸ਼ੀ, ਤਪੀ ਉਸ ਵਿੱਚ ਹਿੱਸਾ ਲੈਣ। ਗੁਰਦੇਵ ਨੇ ਸੋਚਿਆ, ਇਸ ਤੋਂ ਚੰਗਾ ਸਥਾਨ ਆਪਣੇ ਧਰਮ ਦਾ ਪ੍ਰਚਾਰ ਆਰੰਭ ਕਰਨ ਵਾਸਤੇ ਕਿਹੜਾ ਮਿਲੇਗਾ? ਮਰਦਾਨੇ ਨੂੰ ਨਾਲ ਲੈ ਕੇ ਹਜ਼ੂਰ ਏਮਨਾਬਾਦ ਜਾ ਪਹੁੰਚੇ ਤੇ ਜਾ ਪੂਰਾ ਖੜਕਾਇਆ ਹੈ ਇਹ ਗਰੀਬ ਕਿਰਤੀ ਦਾ। ਗੁਰਦੇਵ ਦੇ ਧਰਮ ਵਿੱਚ ਕਿਰਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ, ਪਰ ਉਸ ਸਮੇਂ ਦਾ ਪਖੰਡੀ ਔਰ ਉੱਚ ਜਾਤੀਆ ਅਤੀ ਕਿਰਤ ਕਰਨ ਵਾਲੇ ਨੂੰ ਕਮੀ ਔਰ ਕਮੀਣ ਕਹਿੰਦਾ। ਦਾਤਾਰ ਨੇ ਲਾਲੋ ਦਾ ਬੂਹਾ ਜਾ ਖੜਕਾਇਆ ਤੇ ਬੜੀ ਮਿੱਠੀ ਆਵਾਜ਼ ਵਿੱਚ ਕਿਹਾ, ਭਾਈ ਲਾਲੋ, ਤੇਰੇ ਪਿਆਰੇ ਆਏ ਨੇ, ਤੇਰਾ ਦਰਵਾਜ਼ਾ ਖੋਲਣਾ ਬਾਈ। ਕੰਮ ਕਰਦੇ ਹੱਥ ਰੁਕ ਗਏ, ਥੋੜ੍ਹਾ ਜਿਹਾ ਘਬਰਾਇਆ ਭਾਈ ਲਾਲੋ। ਇਹਨਾਂ ਕੰਨਾਂ ਨੇ ਸਾਡਾ ਓਏ ਲਾਲੋ ਸੁਣਿਆ, ਕੌੜੇ ਸ਼ਬਦ ਸੁਣੇ ਹਨ,
ਨਿਰਾਦਰ ਪ੍ਰਿਆਵਾਸ ਕਰਨਾ ਵਿੱਚ ਪਈ ਹੈ ਕਿ ਕੌਣ ਵਿੱਚ ਬੋਲਾ ਆ ਗਿਆ ਹੈ ਜੋ ਮੇਰੇ ਵਰਗੇ ਗਰੀਬ ਨੂੰ ਵੀ ਭਾਈ ਕਹਿ ਕੇ ਪਿਆਰ ਨਾਲ ਬੁਲਾਉਂਦਾ। ਦਰਵਾਜ਼ਾ ਖੋਲਿਆ, ਦੂਰੀ ਦੀਦਾਰ ਹੋਇਆ, ਚਰਨਾਂ ਤੇ ਢਹਿ ਪਿਆ। ਜਿਹਦੇ ਅੰਦਰ ਸੱਚ ਹੈ ਉਹਦੇ ਚਿਹਰੇ ਤੇ ਵੀ ਜਲਾਲ ਹੋਏਗਾ। ਹਜ਼ੂਰ ਉਹਦੇ ਅੱਡੇ ਵੱਲੇ ਇਸ਼ਾਰਾ ਕਰਕੇ ਕਹਿਣ ਲੱਗੇ, ਭਾਈ ਲਾਲੋ, ਸਾਰੀ ਉਮਰ ਲੱਕੜੀ ਕਰਦੇ ਹੀ ਗੁਜ਼ਾਰ ਦੇਵੇਂਗਾ ਜਾਂ ਕਦੇ ਮਨ ਕਰਨ ਦਾ ਯਤਨ ਵੀ ਕਰੇਗਾ। ਸਿਰ ਝੁਕਾ ਕੇ ਕਹਿੰਦਾ, ਸੱਚੇ ਪਾਤਸ਼ਾਹ, ਇੱਕ ਉਸਤਾਦ ਮਿਲਿਆ ਸੀ, ਉਸਨੇ ਲੱਕੜੀ ਕਰਨੀ ਸਿਖਾਈ ਹੈ। ਲਾਲੋ ਇਮਾਨਦਾਰੀ ਨਾਲ ਸਿੱਖੀ ਹੈ। ਹਜ਼ੂਰ ਹੁਣ ਆਪ ਆ ਗਏ ਹੋ, ਆਪ ਮਨ ਕਰਨਾ ਸਿਖਾ ਦਿਓਗੇ, ਲਾਲੋ ਉਹ ਵੀ ਸਿੱਖ ਜਾਏਗਾ। ਔਰ ਲਾਲੋ ਪੂਰੀ ਤਰ੍ਹਾਂ ਸਿੱਖ ਗਿਆ। ਸਾਡੀ ਅੱਜ ਦੀ ਕਹਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਏਮਨਾਬਾਦ ਦੀ ਤੀਸਰੀ ਫੇਰੀ ਹੈ। ਚੜ੍ਹ ਕੇ ਆ ਰਿਹਾ ਹੈ ਬਾਬਰ ਤਾਂ ਥੱਲੀ ਮਟਕੀ ਹੈ ਪੰਜਾਬ ਵਿੱਚ। ਮਰਦਾਨੀ ਨੂੰ ਨਾਲ ਲੈ ਕੇ ਗੁਰਦੇਵ ਏਮਨਾਬਾਦ ਜਾ ਪਹੁੰਚੇ। ਇਸ ਵਾਰ ਹਜ਼ੂਰ ਲਾਲੋ ਦੇ ਘਰ ਨਹੀਂ ਗਏ, ਬਾਹਰ ਰੋੜਾਂ ਦੀ ਵਿਛਾਈ ਤੇ ਸਿਨਾਸਨ ਲਗਾ ਲਿਆ, ਜਿੱਥੇ ਅਸੀਂ ਗੁਰਦੁਆਰਾ ਰੋੜੀ ਸਾਹਿਬ ਛੱਡ ਕੇ ਆਏ। ਖਬਰ ਪਹੁੰਚੀ ਲਾਲੋ ਨੂੰ, ਨੰਗੇ ਪੈਰੀਂ ਦੌੜਿਆ ਆਇਆ, ਆਉਂਦਾ ਗੁਰਦੇਵ ਦੇ ਚਰਨਾਂ ਤੇ ਢਹਿ ਪਿਆ ਹੈ, ਉਹ ਵੀ ਰੋ ਪਿਆ ਹੈ। ਹਜ਼ੂਰ ਨੇ ਪੁੱਛਿਆ, ਭਾਈ ਲਾਲੋ, ਪਹਿਲੇ ਦਿਨ ਤੈਨੂੰ ਦੇਖਿਆ ਸੀ ਤਾਂ ਬੜਾ ਨਿਸ਼ਚਿੰਤ ਸੈਂ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਚਿਹਰੇ ਤੇ ਬੜੀ ਸ਼ਾਂਤੀ ਸੀ। ਪਰ ਲਾਲੋ ਇਹ ਦੱਸ, ਆ ਰੋਣਾ, ਆ ਹੋ ਕੇ, ਆ ਚੀਸਾਂ, ਆ ਹੰਝੂ, ਇਹ ਕਿੱਥੋਂ ਵੀ ਆਜ ਲਈ? ਸਿਰ ਝੁਕਾ ਕੇ ਕਹਿੰਦਾ, ਸੱਚੇ ਪਾਤਸ਼ਾਹ, ਇਹ ਵੀ ਦਾਤਰੀ ਦਾਤਾਰ, ਮੇਰੇ ਗੁਰੂ ਦੇਵ ਹਜ਼ੂਰ ਦੇ ਮਿਲਣ ਤੋਂ ਪਹਿਲਾਂ ਮੇਰੀ ਦੁਨੀਆ ਮੇਰੀ ਚਾਰ ਦੀਵਾਰੀ ਵਿੱਚ ਮੁੱਕ ਜਾਂਦੀ ਸੀ। ਮੇਰਾ ਬੱਚਾ ਆਰਾਮ ਦੀ ਨੀਂਦ ਸੌਂ ਰਿਹਾ ਹੋਵੇ, ਗੁਆਂਢੀ ਦਾ ਇੱਕੋ ਇੱਕ ਪੁੱਤਰ ਤੜਪ ਕੇ ਜਾਨ ਦੇ ਦੇਵੇ, ਮੇਰੇ ਮਨ 'ਤੇ ਕੋਈ ਅਸਰ ਨਹੀਂ ਸੀ। ਪਰ ਮੇਰੇ ਮਹਾਰਾਜ, ਆਪ ਸਮਝਾ ਗਏ ਹੋ ਕਿ ਕੰਨੋਂ ਦੂਸਰੇ ਪਾਸੇ ਵਸਣ ਵਾਲਾ ਵੀ ਮੇਰਾ ਕੁਛ ਲੱਗਦਾ ਹੈ, ਇੱਕ ਪਰਮਾਤਮਾ ਦੀ ਅੰਸ ਹੋਣ ਕਾਰਨ ਮੇਰਾ ਭਾਈ ਹੈ। ਹੁਣ ਤਾਂ ਮੈਨੂੰ ਉਹਨਾਂ ਦੇ ਦੁੱਖ ਨਹੀਂ ਟਿਕਣ ਦਿੰਦੇ, ਅੱਤਿਆਚਾਰ ਇਹ ਤੱਕ ਵੱਧ ਗਿਆ ਹੈ, ਦਾਤਾਰ ਕੋਈ ਕਿਹਾ ਨਹੀਂ ਜਾ ਸਕਦਾ। ਹਜ਼ੂਰ ਨੇ ਫਰਮਾਇਆ, ਲਾਲੋ, ਫਿਰ ਕਹਿ ਦੇਣਾ ਆਪਣਿਆਂ ਦੇ ਅੱਗੇ ਦਿਲ ਦਾ ਦੁੱਖ ਹੋਇਆ ਖੋਲਿਆ, ਮਨ ਨੂੰ ਸ਼ਾਂਤੀ ਹੁੰਦੀ ਹੈ। ਹੰਝੂ ਖੇਲਦਿਆ ਕਹਿੰਦਾ, ਸੱਚੇ ਪਾਤਸ਼ਾਹ, ਇੱਥੋਂ ਦੇ ਹਾਕਮ ਅੱਤਿਆਚਾਰੀ ਬਣ ਗਏ, ਜਿੰਨਾ ਮਹਿਲਾਂ ਦੀ ਕੁੰਡੀ ਗਰੀਬ ਨੇ ਇਨਸਾਫ ਵਾਸਤੇ ਖੜਕਾਉਣੀ ਸੀ, ਉਹਨਾਂ ਮਹਿਲਾਂ ਵਿੱਚ ਪਾਪ ਹੋ ਰਹੇ ਹਨ, ਬੇਗੁਨਾਹ ਦਾ ਖੂਨ ਡੋਲਿਆ ਜਾ ਰਿਹਾ ਹੈ, ਸਤਵੰਤੀਆਂ ਦੇ ਸੱਤ ਲੁੱਟੇ ਜਾ ਰਹੇ, ਮੇਰੇ ਦਾਤਾਰ, ਇਹਦਾ ਇਸਦੀ ਸ਼ਾਂਤੀ ਕਿਵੇਂ ਹੋਵੇਗੀ? ਹਜ਼ੂਰ ਦੇ ਚਰਨਾਂ ਦੇ ਸਿਰ ਧਰਕੇ ਹੰਝੂ ਕੇਲ ਦਾ ਪਾਈ ਲਾਲੋ ਦਿਲ ਦੀ ਪੀੜ ਨੂੰ ਇਉਂ ਬਿਆਨ ਕਰ ਰਿਹਾ। ਹੋਈਏ
ਤੇ ਅੱਤ ਦਾ ਵੈਰ ਹੋਇਆ ਕਰਦਾ। ਇਹ ਜ਼ੁਲਮ ਨੂੰ ਕਦੇ ਡੱਕਾ ਵੀ ਪਾਏਗਾ, ਕਦੇ ਇਨਸਾਫ ਵੀ ਹੋਏਗਾ? ਦੋ ਮਿੰਟ ਹਜ਼ੂਰ ਖਾਮੋਸ਼ ਰਹੇ। ਅਜੀਰ ਭਾਈ ਲਾਲੋ ਦੀਆਂ ਅੱਖਾਂ ਵਿੱਚ ਤੱਕਦੇ ਹੋਏ ਗੁਰਦੇਵ ਨੇ ਇਉਂ ਉੱਤਰ ਦਿੱਤਾ। ਵੇਖੋ ਜੀ ਸਤਿਗੁਰ ਸੱਚੇ ਬੋਲਦੇ, ਵੇਖੋ ਜੀ ਸਤਿਗੁਰ ਸੱਚੇ ਬੋਲਦੇ, ਹਾਂ ਮੁਖੋਂ ਸ਼ਬਦ ਭਿਆਨਕ ਕਹਿਣ ਲਾਲੋ ਚੜ ਕੇ ਡਾਡਾ ਜਾਇਆ ਕਰਦਾ। ਯਾਦ ਰੱਖੋ ਖਾਲਸਾ ਜੀ, ਚੱਕਰ ਚੁੱਲ ਰਹੇ ਹਨ,
ਕੱਖਾਂ ਦੀਆਂ ਕੁਲੀਆਂ ਉੱਡਦੀਆਂ ਹਨ, ਪਰ ਕਈ ਵਾਰ ਸੀਮਿੰਟ ਦੀਆਂ ਛੱਤਾਂ ਵੀ ਡਿੱਗ ਪਿਆ ਕਰਦੀਆਂ। ਮਗਰ ਕੱਖਾਂ ਦੀ ਕੁਲੀ ਥੱਲੇ ਆਇਆ ਤਾਂ ਕੋਈ ਬਚ ਸਕਦਾ ਹੈ, ਸੀਮਿੰਟ ਦੀ ਥੱਲੇ ਛੱਤ ਥੱਲੇ ਆਇਆ ਕੋਈ ਨਹੀਂ ਬਚ ਸਕਿਆ ਕਰਦਾ। ਇੰਨਾ ਕੁਝ ਹੋਣ ਵਾਲਾ ਹੈ। ਇਸ ਵੇਲੇ ਗੁਰਦੇਵ ਇਹ ਬਚਨ ਕਰ ਰਹੇ ਸਨ ਤਾਂ ਭਾਈ ਲਾਲੋ ਦਾ ਗੁਆਂਢੀ ਇੱਕ ਨੇਕ ਇਨਸਾਨ ਪੰਡਿਤ, ਉਹ ਵੀ ਹਜ਼ੂਰ ਦਾ ਸ਼ਰਧਾਲੂ ਹੈ, ਆਇਆ ਇਹ ਵਾਕ ਸੁਣ ਕੇ ਦਿਲ ਤਰੇ ਉੱਠਿਆ ਹੈ। ਉਸਨੇ ਸੋਚਿਆ ਤਪੇ ਨਾਨਕ ਦਾ ਕਿਸੇ ਨੇ ਸਤਿਕਾਰ ਨਹੀਂ ਕੀਤਾ, ਕੋਈ ਨਿਰਾਦਰ ਕਰ ਬੈਠਾ ਹੈ, ਇਸ ਵਾਸਤੇ ਮਹਾਰਾਜ ਸ਼ਰਾਪ ਦੇ ਰਹੇ। ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ, ਸੱਚੇ ਪਾਤਸ਼ਾਹ ਰਹਿਮਤ ਏ ਕਰ ਆਓ, ਸ਼ਰਾਪ ਨਾ ਦਿਓ, ਹਜ਼ੂਰ ਦਾ ਸ਼ਰਾਪ ਆਲਾ ਨਹੀਂ ਜਾਏਗਾ। ਅਸਲ ਵਿੱਚ ਪੰਡਿਤ ਦਾ ਐਸਾ ਸੋਚਣਾ, ਉਹਦਾ ਪਿਛੋਕੜ ਉਹ ਇਤਿਹਾਸ ਸੀ ਜੋ ਉਸਨੇ ਪੜ੍ਹਿਆ ਸੀ। ਰਿਖੀਆਂ ਮੁਨੀਆਂ ਦੇ ਪੁਰਾਣਾਂ ਦੇ ਇਤਿਹਾਸ ਪੜ੍ਹ ਕੇ ਦੇਖੋ, ਸਭ ਸ਼ਰਾਪਾਂ ਨਾਲ ਭਰੇ ਪਏ। ਕੋਈ ਵੱਡਾ ਰਿਖੀ, ਕੋਈ ਵੱਡਾ ਤਪੀਆ ਜੋ ਵੱਡੇ ਤੋਂ ਵੱਡਾ ਸ਼ਰਾਪ ਦੇ ਸਕਦਾ, ਜੋ ਸ਼ਰਾਪ ਨਹੀਂ ਦੇ ਸਕਦਾ ਉਹ ਤਪੀਆ ਕਿਵੇਂ ਹੋਇਆ? ਇੱਕ ਪੁਰਾਣ ਕਥਾ ਆਉਂਦੀ ਹੈ, ਮੁਟਿਆਰ ਆਪਣੇ ਪਤੀ ਦੀ ਯਾਦ ਵਿੱਚ ਲੀਨ ਹੋਈ ਚਲੀ ਜਾ ਰਹੀ ਹੈ, ਲੀਨ ਦੁਨੀਆਂ ਦੀ ਕੋਈ ਸੁਧ ਨਹੀਂ। ਪਾਸੇ 'ਤੇ ਬੈਠਾ ਰਿਖੀ ਜਿਹੜਾ ਇਹ ਕਹਿ ਰਿਹਾ ਹੈ ਕਿ ਮੇਰੀ ਸੁਰਤ ਰੱਬ ਨਾਲ ਜੁੜੀ ਹੋਈ, ਮੇਰੀ ਆਤਮਾ ਪਰਮਾਤਮਾ ਨਾਲ ਅਭੇਦ ਹੈ, ਉਹਦੀ ਨਜ਼ਰ ਲੜਕੀ 'ਤੇ ਪੈ ਗਈ। ਲੜਕੀ ਨੇ ਕੋਈ ਅਵਗਿਆ ਨਹੀਂ ਕੀਤੀ, ਕੋਈ ਬੁਰਾ ਸ਼ਬਦ ਨਹੀਂ ਕਿਹਾ, ਆਪਣੀ ਤੁਨਵੀ ਜਾ ਰਹੀ ਹੈ। ਮੈਂ ਰਿਖੀ ਨੇ ਸ਼ਰਾਪ ਦੇ ਦਿੱਤਾ ਕਿ ਤੂੰ ਮੈਨੂੰ ਮੱਥਾ ਟੇਕਣ ਤੋਂ ਬਿਨਾਂ ਅੱਗੇ ਲੰਘੀ ਹੈ, ਤੈਨੂੰ ਤੇਰਾ ਪਤੀ ਵਿਸਾਰ ਦੇਵੇਗਾ, ਤੇਰੇ ਵਿੱਚੋਂ ਤੇਰੇ ਪਤੀ ਵਿੱਚ ਵਿਛੋੜਾ ਪੈ ਜਾਏ। ਮੈਂ ਹੈਰਾਨ ਹਾਂ, ਜਿਹੜੀ ਇੱਕ ਮਨੁੱਖ ਭਾਵ ਆਪਣੇ ਪਤੀ ਦੀ ਯਾਦ ਵਿੱਚ ਜਾ ਰਹੀ ਹੈ, ਉਸਨੇ ਰਿਖੀ ਨੂੰ ਨਹੀਂ ਵੇਖਿਆ। ਅਤੇ ਜਿਹੜਾ ਰਿਖੀ ਇਹ ਦਾਅਵਾ ਕਰਦਾ ਹੈ ਮੇਰੀ ਲਿਵ ਪਰਮਾਤਮਾ ਨਾਲ ਜੁੜੀ ਹੋਈ ਹੈ, ਉਸਨੇ ਲੜਕੀ ਨੂੰ ਕਿਵੇਂ ਵੇਖ ਲਿਆ? ਫਿਰ ਕਥਾ ਆਉਂਦੀ ਹੈ, ਇਸ ਵੇਲੇ ਉਹੀ ਸ਼ਕੁੰਤਲਾ ਆਪਣੇ ਪਤੀ ਦੇ ਦਰਬਾਰ ਵਿੱਚ ਗਈ, ਰਾਜੇ ਨੇ ਉਸਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ, ਪ੍ਰਮਾਣ ਹੀ ਨਹੀਂ ਕੀਤਾ ਕਿ ਤੂੰ ਮੇਰੀ ਪਤਨੀ ਹੈ। ਸਿੱਟਾ ਇਹ ਨਿਕਲਿਆ ਕਿ ਜਿਸ ਦੇਵ ਕੰਨਿਆ ਨੇ ਸ਼ਾਹੀ ਮਹਿਲਾਂ ਵਿੱਚ ਗੁਜ਼ਾਰਨੀ ਸੀ ਜ਼ਿੰਦਗੀ, ਉਸਨੂੰ ਉਜਾੜ ਵਿੱਚ ਜੰਗਲਾਂ ਵਿੱਚ ਕੱਟਣੀ ਪਈ। ਉਸਦੇ ਸ਼ਕੁੰਤਲਾ ਮਾਂ ਬਣਨ ਵਾਲੀ ਹੈ, ਕਿਸਨੇ ਜੰਗਲ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ, ਜਿਸ ਬੱਚੇ ਦਾ ਜਨਮ ਸਿੱਧ ਹੱਕ ਸੀ ਕਿ ਉਹ ਮਹਿਲਾਂ ਵਿੱਚ ਰੇਸ਼ਮੀ ਪੰਘੂੜੇ ਚੂੜ ਕੇ ਪੜੇ, ਉਹ ਦਰਖਤਾਂ ਦੀਆਂ ਟਹਿਣੀਆਂ ਚੂੜ ਕੇ ਛੀਆਂ ਔਰ ਬਗੇਲਿਆਂ ਨਾਲ ਖੇਡ ਕੇ ਜਵਾਨ ਹੋਇਆ। ਮਾਂ ਨੇ ਉਹਦਾ ਨਾਮ ਭਰਤ ਰੱਖਿਆ ਹੈ, ਜਿਸ ਦਾ ਕਾਰਨ ਅੱਜ ਇਹ ਦੇਸ਼ ਭਾਰਤ ਵਰਸ਼ ਕਹਾਉਂਦਾ ਹੈ। ਸ਼ਕੁੰਤਲਾ ਨੂੰ ਸਤੀ ਮੰਨਿਆ ਜਾਂਦਾ ਔਰ ਯਕੀਨ ਇਹਨੂੰ ਸਤੀ ਹੈ। ਤਾਂ ਮੇਰੀ ਰਾਏ ਹੈ ਕਿ ਜਿਹੜਾ ਮਹਾਤਮਾ, ਜਿਹੜਾ ਰਿਖੀ ਮੁਨੀ ਕਿਸੇ ਪਤੀ ਵਰਤ ਇਸਤਰੀ ਨੂੰ ਸ਼ਰਾਪ ਦੇ ਦਿੰਦਾ ਹੈ ਕਿ ਤੇਰੇ ਔਰ ਤੇਰੇ ਪਤੀ ਵਿੱਚ ਵਿਛੋੜਾ ਪੈ ਜਾਏ, ਉਸਨੂੰ ਪਰਮਾਤਮਾ ਦੇ ਮਿਲਾਪ ਕਿਵੇਂ ਹੋਏਗਾ? ਅਨਹੋਣੀ ਚੀਜ਼ ਹੈ। ਹੋਰ ਕਿਸੇ ਗੱਲ 'ਤੇ ਭਾਰਤ ਮਾਣ ਕਰੇ ਜਾਂ ਨਾ ਕਰੇ, ਮਗਰ ਇੱਥੋਂ ਦੀਆਂ ਸਤੀ ਦੇਵੀਆਂ ਉੱਤੇ ਇਸ ਨੂੰ ਮਾਣ ਕਰਨ ਦਾ ਹੱਕ ਹਾਸਲ ਹੈ। ਇੱਕ ਵਾਰ ਸ਼ੇਖ ਸਾਧੀ ਭਾਰਤ ਵਿੱਚ ਆਏ, ਚੱਕਰ ਲਗਾ ਕੇ ਬੜਾ ਸੈਰ ਕਰਕੇ ਵਾਪਸ ਗਏ। ਲੋਕਾਂ ਨੇ ਪੁੱਛਿਆ, ਸ਼ੇਖ ਸਾਹਿਬ ਆਹ ਪੁਰਾਤਨ ਦੇਸ਼ ਭਾਰਤ ਦਾ ਸੈਰ ਕਰਕੇ ਆਏ, ਭਾਰਤ ਵਿੱਚ ਕੋਈ ਅਜਿਹੀ ਚੀਜ਼ ਵੀ ਦੇਖੀ ਹੈ ਜੋ ਬਾਕੀ ਦੁਨੀਆਂ ਵਿੱਚ ਨਾ ਹੋਵੇ, ਜਿਹਦੀ ਮਿਸਾਲ ਹੋਰ ਕਿਤੇ ਨਾ ਮਿਲੇ? ਤਾਂ ਜਵਾਬ ਵਿੱਚ ਸ਼ੇਖ ਸਾਧੀ ਨੇ ਇੱਕ ਸ਼ੇਰ ਕਿਹਾ ਫਾਰਸੀ ਵਿੱਚ, ਕਹਿੰਦਾ ਹੈ, ਡਰ ਮੁਹੱਬਤ ਚੋਂ ਸਨੇ ਹਿੰਦੀ ਕਸੇ ਮਰਦਾਨਾ ਨੇ, ਸੋਖ ਤਨ ਪਰ ਸ਼ਮਾ ਮੁਰਦਾ ਕਾਰ ਹਰ ਪਰਵਾਨਾ ਨੇ।
ਕਹਿੰਦਾ ਹੈ ਕਿ ਪ੍ਰੇਮ ਦੀ ਮੰਜ਼ਿਲ ਵਿੱਚ ਭਾਰ ਦੀ ਇਸਤਰੀ ਵਰਗਾ ਕੋਈ ਬਲੀ ਨਹੀਂ ਹੈ, ਤੇ ਉਹ ਪਰਵਾਨਾ ਹੈ ਜੋ ਬੁਝੀ ਹੋਈ ਸ਼ਮਾ ਤੇ ਵੀ ਸੜ ਕੇ ਮਰ ਜਾਂਦਾ। ਪਰਵਾਨਾ ਸਦਾ ਜਗਦੀ ਸ਼ਮਾ ਤੇ ਸੜਿਆ ਕਰਦਾ, ਬੁਝੀ ਤੇ ਨਹੀਂ। ਪਰ ਭਾਰਤ ਦੀ ਇਸਤਰੀ ਹੈ ਜਿਹੜੀ ਬੁਝੀ ਹੋਈ ਸ਼ਮਾ ਤੇ ਵੀ ਭਾਵ ਆਪਣੇ ਪਤੀ ਦੀ ਲੋਚ ਨਾਲ ਵੀ ਸਤੀ ਹੋ ਜਾਂਦੀ। ਇੱਕ ਮਿਸਾਲ ਹੋਰ ਦੇਣਾ ਚਾਹੁੰਦਾ, ਭਗਵਾਨ ਕ੍ਰਿਸ਼ਨ ਰਾਜਕਾਜ ਦੇ ਕੰਮ ਵਿੱਚ ਮਥੁਰਾ ਚਲੇ ਗਏ, ਬੜਾ ਸਮਾਂ ਬੀਤ ਗਿਆ। ਆਪਣੇ ਮਿੱਤਰ ਉਦੋ ਨੂੰ ਭੇਜਿਆ, ਜਾ ਰਾਧੇ ਤਾਂ ਸਾਡੇ ਵਿਛੋੜੇ ਵਿੱਚ ਤੜਪਦੀ ਹੋਏਗੀ, ਉਸਨੂੰ ਜਾ ਕੇ ਉਪਦੇਸ਼ ਦੇ, ਜਿੰਨਾ ਚਿਰ ਅਸੀਂ ਉਸ ਤੋਂ ਕੁਛ ਦੂਰ ਹਾਂ ਉਹਨਾਂ ਚਿਰ ਉਹ ਨਿਰੰਕਾਰ ਦੀ ਆਰਾਧਨਾ ਕਰੇ। ਬੜਾ ਲੰਬਾ ਚੌੜਾ ਲੈਕਚਰ ਸੁਣ ਕੇ ਉਦੋ ਦਾ ਰਾਧੇ ਨੇ ਦੋ ਸ਼ਬਦ ਕਹੇ ਹਨ। ਕਹਿੰਦੀ ਉਦੋ ਮਰਨਾ ਭੈ ਦਸ ਵੀ ਇੱਕ ਮਨ ਥਾ ਜੋ ਕਿਸ ਨਹਿਰ ਲਿਓ ਕੌਣ ਭਜੇ ਜਗਦੀ। ਕਹਿੰਦੀ ਉਦੋ ਇੱਕੋ ਹੀ ਦੇਰ ਹੈ ਜੋ ਭਗਵਾਨ ਕ੍ਰਿਸ਼ਨ ਨੂੰ ਦੇ ਚੁੱਕੀ ਹਾਂ, ਤੇ ਨਿਰੰਕਾਰ ਦੀ ਆਰਾਧਨਾ ਕਿਸ ਨਾਲ ਕਰਾਂਗੀ। ਮੇਰੇ ਮਨ ਵਿੱਚ ਸਾਕਾਰ ਕ੍ਰਿਸ਼ਨ ਵੱਸਦਾ ਹੈ, ਤੇ ਦਾਅਵਾ ਕਰਾਂਗੇ ਨਿਰੰਕਾਰ ਦੀ ਆਰਾਧਨਾ ਦਾ ਅਜੇ ਪਖੰਡ ਹੋਵੇਗਾ, ਬੜਾ ਧੋਖਾ ਹੋਵੇਗਾ। ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਹਾਂ, ਗਰਭ ਦੇ ਸ਼ੇਰ ਹੈ ਕਹਿੰਦਾ ਹੈ ਦਿਲ ਜੋ ਦੇਖਾ ਤੋ ਬੁੱਤ ਖਾਨਾ ਸੇ ਬਦਤਰ ਨਿਕਲਾ। ਜਿਸ ਵੇਲੇ ਮੈਂ ਦਿਲ ਵਿੱਚ ਆਟੀ ਮਾਰੀ ਬੁੱਤ ਖਾਨਾ ਜਿਸ ਵਿੱਚ ਅਨੇਕਾਂ ਮੂਰਤੀਆਂ ਹਨ ਉਹਨਾਂ ਨਾਲੋਂ ਵੀ ਭੈੜਾ ਜਿਹਾ ਗੁਜ਼ਰਿਆ ਪ੍ਰਤੀਤ ਹੋਇਆ। ਇੱਥੇ ਕਿਸੇ ਲੜਕੀ ਦੀ ਤਸਵੀਰ ਹੈ, ਕਿਸੇ ਬੱਚੇ ਦੀ ਤਸਵੀਰ ਹੈ, ਪਤਨੀ ਦੀ ਤਸਵੀਰ ਹੈ, ਕਿਸੇ ਮਿੱਤਰ ਦੀ ਤਸਵੀਰ ਹੈ, ਕਿਤੇ ਸ਼ੈਤਾਨ ਵਿਰੋਧੀ ਵੀ ਬੈਠਾ ਹੈ, ਤਾਂ ਇਹ ਰੱਬ ਦਾ ਘਰ ਕਿਵੇਂ ਬਣ ਗਿਆ? ਦਿਲ ਜੋ ਦੇਖਾ ਤੋ ਬੁੱਤ ਖਾਨਾ ਸੇ ਬਦਤਰ ਨਿਕਲਾ। ਲੋਕ ਕਹਿੰਦੇ ਆ ਇਸ ਘਰ ਮੇ ਖੁਦਾ ਰਹਿੰਦਾ ਹੈ, ਖੁਦਾ ਕਿੱਥੇ ਰਹਿੰਦੇ? ਗਿੰਨਾ ਚਿਰ ਮਨ ਸਾਫ਼ ਨਹੀਂ ਹੋਏਗਾ, ਸਿੰਘਾਸਣ ਖਾਲੀ ਨਹੀਂ ਹੋਏਗਾ, ਆਣ ਕੇ ਭਗਵਾਨ ਨਹੀਂ ਬੈਠੇਗਾ। ਘਰ ਮੈਂ ਆਪਣੀ ਕਹਾਣੀ 'ਤੇ ਚੱਲਦਾ, ਪੰਡਿਤ ਨੇ ਸਾਹਿਤ ਇਹ ਹੀ ਪੜ੍ਹਿਆ ਹੈ, ਇਸ ਵਾਸਤੇ ਉਹਦੇ ਮਨ ਵਿੱਚ ਇਹੀ ਵਿਚਾਰ ਹੈ ਕਿ ਤਾਂ ਭਾਅ ਨਾਨਕ ਜੀ ਉਹ ਸ਼ਰਾਬ ਦੇ ਰਹੇ ਹਨ। ਹਜ਼ੂਰ ਨੇ ਕਿਹਾ ਪੰਡਿਤ ਜੀ ਅਸੀਂ ਕਿਸੇ ਨਾਲ ਨਾਰਾਜ਼ ਨਹੀਂ, ਕਿਸੇ ਨੇ ਸਾਡਾ ਨਿਰਾਦਰ ਨਹੀਂ ਕੀਤਾ, ਨਾ ਹੀ ਸ਼ਰਾਬ ਦੇ ਰਹੇ ਹਾਂ, ਅਸੀਂ ਤਾਂ ਮਾਲਕ ਦਾ ਹੁਕਮ ਸੁਣਾ ਰਹੇ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੇ ਗਿਆਨ ਵੇ ਲਾ ਲਓ, ਪਾਪ ਕੀ ਜੰਜ ਲੈ ਕਾਬਲੋ ਤਾਇਆ ਜੋਰੀ ਮੰਗੇ ਦਾਨ ਵੇ ਲਾ ਲਓ। ਬਾਬਰ ਚੜ੍ਹ ਕੇ ਆ ਰਿਹਾ ਹੈ ਤਲਵਾਰ ਦੇ ਜ਼ੋਰ ਨਾਲ, ਹਿੰਦੁਸਤਾਨ ਦੀ ਇੱਜ਼ਤ ਲੁੱਟਣਾ ਚਾਹੁੰਦਾ ਹੈ। ਬਾਬਰ ਦਾ ਇਹ ਤੀਸਰਾ ਹਮਲਾ ਹੈ, ਇਸਨੇ ਪੇਰਾ ਉਜਾੜੇ ਹੈ, ਸਿਆਲਕੋਟ ਲੁੱਟੇ ਹੈ, ਅੱਗੇ ਵੱਧ ਕੇ ਏਮਨਾਬਾਦ 'ਤੇ ਪਏ। ਏਮਨਾਬਾਦ ਦੇ ਲੋਧੀ ਪਠਾਨ ਆਪਣੀਆਂ ਫੌਜਾਂ ਲੈ ਕੇ ਬਾਬਰ ਦੇ ਮੁਕਾਬਲੇ 'ਤੇ ਮੈਦਾਨ ਵਿੱਚ ਆਏ ਹਨ, ਮਗਰ ਬੀਤੀ ਕੀ ਹਸ਼ਰ ਕੀ ਹੋਇਆ ਗੁਣ ਬਾਏ। ਬਾਬਰ ਪਾਤਸ਼ਾਹ
ਮੌੜੀਆਂ ਰਹਿ ਗਈਆਂ ਲਾੜੇ ਮੌਤ ਨਾ ਦਿੱਤੇ
ਹਾਰੇ ਹੋਏ ਦੇਸ਼ ਦੀ ਬਹਾਦਰੀ ਫਿਰ ਜੇਤੂਆਂ ਦੇ ਸਾਹਮਣੇ ਚੁਕਾ। ਯਾਦ ਰੱਖੋ, ਹਾਰਨਾ ਪਾਪ ਨਹੀਂ ਪਰ ਹਾਰ ਮੰਨ ਲੈਣਾ ਪਾਪ ਹੈ। ਜਿਹੜੀਆਂ ਕੌਮਾਂ ਦੀ ਜ਼ਰੂਰਤ ਹਾਰ ਜਾਏ ਮਿਲ ਜਾਇਆ ਕਰਦੀਆਂ ਨੇ। ਹਾਰੇ ਹੋਏ ਪਠਾਨ ਬਿਲਕੁਲ ਨਕਾਰੇ ਹੋ ਗਏ ਹਨ। ਬਾਬਰ ਨੇ ਸਾਰਾ ਸ਼ਹਿਰ ਉਜਾੜ ਦਿੱਤਾ ਹੈ। ਘਰਾਂ ਤੋਂ ਪੜ੍ਹ ਕੇ ਲੜਕੀਆਂ ਖੇਤਾਂ ਤੋਂ ਪੜ੍ਹ ਕੇ ਤੂੰ ਹੀ ਆ ਗਈਆਂ। ਜਿਸ ਘਰ ਦਾ ਸਮਾਨ ਲੁੱਟਿਆ ਹੈ ਬਣ ਬਣ ਕੇ ਉਸੇ ਦੇ ਸਿਰ ਤੇ ਚੁਕਾ ਲਏ। ਮੇਰੇ ਗੁਰਦੇਵ ਵੀ ਨਾਲ ਪਕੜੇ ਗਏ। ਭਾਵੇਂ ਕਿਹਾ ਸੀ ਭਾਈ ਲਾਲੋ ਨੇ, ਹਜ਼ੂਰ ਆਪ ਹੀ ਪਾਸੇ ਚਲੇ ਜਾਓ। ਡਾਕਾਰ ਨੇ ਕਿਹਾ ਨਹੀਂ ਲਾਲੋ, ਸਾਨੂੰ ਰਹਿਣਾ ਪਏਗਾ। ਅਸੀਂ ਵੇਖਣਾ ਚਾਹੁੰਦੇ ਹਾਂ ਕਿ ਜਿੱਤਣ ਦੇ ਬਾਅਦ ਵੀ ਇਨਸਾਨ ਇਨਸਾਨ ਹੀ ਰਹਿੰਦਾ ਜਾਂ ਹੈਵਾਨ ਬਣ ਜਾਂਦਾ। ਸੋ ਗੁਰਦੇਵ ਵੀ ਪਕੜੇ ਗਏ। ਹਜ਼ੂਰ ਦੇ ਸਿਰ ਤੇ ਵੀ ਪੰਡ ਚੁਕਾਈ ਹੋਈ ਹੈ। ਮਰਦਾਂ ਚ ਬੜਾ ਅਸਰ ਦਿੱਤਾ। ਚਾਰ ਸਵੇਰੇ ਚੀਕਾਂ ਉੱਠ ਰਹੀਆਂ ਹਨ, ਆਵਾਜ਼ਾਂ ਆ ਰਹੀਆਂ ਨੇ ਕੰਨਾਂ ਵਿੱਚ, ਦਵਾਈਆਂ ਬਚ ਰਹੀਆਂ। ਮੇਰੇ ਦਾਤਾਰ ਨੇ ਕਿਹਾ ਮਰਦਾਨਿਆ, ਇਹ ਵੀ ਖੁਦਾ ਦਾ ਇੱਕ ਰੂਪ ਹੈ, ਖੁਦਾ ਦਾ ਇੱਕ ਰੰਗ ਹੈ। ਕੁਰਾਨ ਸ਼ਰੀਫ ਵਿੱਚ ਆਇਆ ਹੈ ਖੁਦਾ ਰਹੀਮ ਹੈ, ਰਹਿਮ ਕਰਨ ਵਾਲਾ ਹੈ, ਖੁਦਾ ਕਰੀਮ ਹੈ, ਬਖਸ਼ਿਸ਼ ਕਰਨ ਵਾਲਾ। ਮਰ ਨਾਲੇ ਵੀ ਲਿਖਿਆ ਹੈ ਖੁਦਾ ਜੱਬਾਰ ਹੈ, ਧੱਕਾ ਕਰਨ ਵਾਲਾ, ਖੁਦਾ ਕਹਾਰ ਹੈ, ਕਹਿਰ ਕਰਨ ਵਾਲਾ। ਹਜ਼ੂਰ ਨੇ ਕਿਹਾ ਮਰਦਾਨਿਆ, ਇਹ ਬਾਬਰ ਦਾ ਖੁਦਾ ਹੈ, ਸਭ ਕੁਝ ਦੇਖ ਰਿਹਾ ਹੈ, ਰਬਾਹ ਵਜਾ, ਉਹਦੇ ਨਾਲ ਦੋ ਗੱਲਾਂ ਕਰੀਏ। ਮਰਦਾਨਾ ਕਹਿੰਦਾ ਸਾਡੇ ਪਾਤਸ਼ਾਹ ਤੁਹਾਨੂੰ ਸਿਰ ਤੇ ਚੁੱਕੀ ਹੋਈ ਪੰਡ ਤੇ ਬੜੇ ਆਰਾਮ ਨਾਲ ਮੌਜ ਨਾਲ ਜਾ ਰਹੇ ਹੋ, ਆਹ ਜਿਹੜੀ ਬਲਾ ਮੇਰੇ ਗੱਲ ਪਾਈ ਹੈ, ਜਿਵੇਂ ਪਿਛਾਣ ਹੋਵੇ ਨਾ ਚੱਕ ਵੱਢਣ ਆਉਂਦਾ, ਜੇ ਅਗਾਂਹ ਤੁਰਦਾ ਕਿਸੇ ਬਹੁਤ ਮਾਰਦਾ, ਜੇ ਮੇਰੇ ਇੱਥੋਂ ਇਹ ਨਿਕਲ ਗਿਆ ਮੈਂ ਮਾਰਿਆ ਜਾਵਾਂਗਾ। ਦਾਤਾਰ ਕਹਿ ਨਿਰੰਕਾਰ ਤੇ ਭਰੋਸਾ ਕਰ, ਮਰਦਾਨਿਆ ਛੱਡਦੇ ਕੋੜਾ, ਰਬਾਬ ਵਜਾ। ਸੋ ਮਰਦਾਨਾ ਵਜਾ ਰਿਹਾ ਰਬਾਬ, ਮੇਰੇ ਦਾਤਾਰ ਨਾਲ ਇੱਕ ਸੱਤ ਗਾ ਰਹੇ ਨੇ। ਕਿਵੇਂ ਭਾਈ?
ਵੀ ਮੇਰੇ ਸ਼ਬਦ ਹੈ। ਹਜ਼ੂਰ ਦੀ ਆਪਣੀ ਬਾਣੀ ਪੜ੍ਹੋ, ਕਿੰਨਾ ਦਰਦ ਹੈ। ਮਹਾਰਾਜ ਲਿਖਦੇ ਹਨ, ਜਿਨ ਸਿਰ ਸੋਇਨ ਪੱਟੀਆਂ, ਮਾਂਗੀ ਪਾਇਆ ਸੰਦੂਰ, ਤੇ ਸਿਰ ਕਾਤੀ ਮੁਨੀਅਨ, ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਜ਼ੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਫਿਰ ਅੰਤ ਨਾ ਪਾਇਆ, ਕਰ ਕਰ ਦੇਖੇ ਵੇ। ਆਖਰੀ ਸ਼ਬਦਾਂ ਵਿੱਚ ਇੱਕ ਨਿਹੋਰਾ ਵੀ ਹੈ, ਯਾਦ ਰੱਖੋ। ਉਹ ਬਣੀਆਂ ਜਾ ਰਹੀਆਂ ਲੜਕੀਆਂ ਮਹਾਰਾਜ ਦੀਆਂ ਕੁਝ ਨਹੀਂ ਸਨ ਲੱਗਦੀਆਂ, ਬੇਦੀਆਂ ਦੀ ਲੜਕੀਆਂ ਨਹੀਂ ਸਨ, ਹਿੰਦੂਆਂ ਦੀਆਂ ਲੜਕੀਆਂ ਨਹੀਂ ਸਨ, ਮੁਸਲਮਾਨਾਂ ਦੀਆਂ ਵੀ ਸਨ, ਹਰੀਜਨਾਂ ਦੀਆਂ ਵੀ ਸਨ, ਸਾਰਿਆਂ ਦੀਆਂ, ਮਗਰ ਬੇਗੁਨਾਹ ਸਨ। ਇਸ ਵਾਸਤੇ ਦਰਦ ਪੈਦਾ ਹੋਇਆ। ਖੈਰ, ਬਾਬਰ ਨੇ ਜੰਗਲ ਵਿੱਚ ਉਤਾਲੇ ਤਾਰ ਲਾ ਕੇ ਇੱਕ ਆਰਜ਼ੀ ਬੰਦੀਖਾਨਾ ਬਣਾਇਆ, ਜਿਹਦੇ ਚੱਕੀਆਂ ਬੀੜੀਆਂ ਹੋਈਆਂ ਨੇ, ਸਾਰੇ ਕੈਦੀ ਜਾ ਕੇ ਢੱਕ ਦਿੱਤੇ ਹਨ। ਤੇ ਹੁਕਮ ਹੋਇਆ ਹੈ, ਮਾਰਨ ਵਾਲਿਆਂ ਦੇ ਘੋੜਿਆਂ ਲਈ ਦਾਣਾ ਚਾਹੀਦਾ, ਮਾਰਨ ਵਾਲੇ ਸਿਪਾਹੀਆਂ ਲਈ ਆਟਾ ਚਾਹੀਦਾ ਹੈ, ਤੇ ਜਿਹਨਾਂ ਦੇ ਮਾਰੇ ਗਏ ਨੇ ਉਹ ਉਹਨਾਂ ਵਾਸਤੇ ਦਾਣਾ ਦਲਣ, ਆਟਾ ਪੀਣ। ਮੇਰੇ ਦਾਦਾਰ ਵੀ ਚੱਕੀ ਚਲਾ ਰਹੇ, ਬਾਕੀ ਸਾਰੀਆਂ ਚੱਕੀਆਂ ਚੱਲ ਰਹੀਆਂ ਨੇ। ਬਾਬਾ ਦਾ ਜਰਨੈਲ ਮੀਰ ਖਾਨ ਬੜਾ ਸਖ਼ਤ ਦਿਲ ਹੈ, ਫਿਰਦਾ ਫਿਰਦਾ ਚਾਰ ਫੇਰੇ ਦੇਖਦਾ ਹੈ, ਇਹ ਸਕੀਰ ਕੋਲ ਆਣ ਕੇ ਖਲੋ ਜਾਂਦਾ, ਚੱਕੀ ਇਹ ਵੀ ਚਲਾ ਰਿਹਾ ਹੈ, ਪਰ ਇਹਦੇ ਮੱਥੇ ਦੀ ਜੋਤ ਅਜੇ ਚਵੇ ਨੇ, ਇਹਦੀ ਅਣਖ ਅਜੇ ਕਾਇਮ, ਜ਼ਿੰਦਗੀ ਅਜੇ ਕਾਇਮ ਹੈ। ਇਸ ਵਾਸਤੇ ਮਨ 'ਤੇ ਬੜਾ ਭਾਰਾ ਅਸਰ ਹੋਇਆ ਹੈ, ਚੋਟ ਲੱਗੀ ਹੈ। ਮੀਰ ਖਾਨ ਪਹੁੰਚਿਆ ਹੈ, ਕਿੱਥੇ ਬਾਬਰ ਆਪਣੇ ਤੰਬੂ ਵਿੱਚ ਬੈਠਾ, ਸਾਹਮਣੇ ਪਹੁੰਚ ਕੇ ਬਾਬਰ ਦੇ ਉਹਦਾ ਜਰਨੈਲ ਮੀਰ ਖਾਨ ਗੁਰੂ ਮਹਾਰਾਜ ਜੀ ਦੀ ਇੱਕ ਤਾਰੀਫ ਕਰ ਰਿਹਾ। ਸੁਣੋ ਬਾਈ, ਮੈਨੂੰ ਚਾਹੇ ਉਹ ਪੂਰਨ ਵਾਕੀਸ਼ਾ।
ਸੱਤ ਜਮੈਲ, ਇੱਕ ਹੱਥ ਵਿੱਚ ਤਲਵਾਰ, ਇੱਕ ਹੱਥ ਵਿੱਚ ਬਲਦਾ ਮੁਆਤਾ ਲੈ ਕੇ ਚੱਲਦਾ। ਜੋ ਸਾਹਮਣੇ ਆਇਆ ਤਲਵਾਰ ਦੀ ਤਾਰ ਲੰਘਾ ਦਿੰਦਾ, ਜੋ ਬਚਿਆ ਅੱਗ ਲਾ ਕੇ ਸਾੜ ਦਿੱਤਾ। ਗਿਆ ਇੰਨਾ ਸਖ਼ਤ ਜਰਨੈਲ ਬਾਬਰ ਦੇ ਸਾਹਮਣੇ ਜਾ ਕੇ ਚੁੱਕਿਆ, ਗੁਰਦੇਵ ਦੀ ਤਾਰੀਫ ਕੀਤੀ ਹੈ, ਬਾਬਰ ਦੇ ਮਨ ਤੇ ਬੜਾ ਅਸਰ ਹੋਇਆ। ਸੋਵਿਦਾ ਜੇ ਮੈਂ ਜਾਣਦਾ ਅਜੇ ਮਹਾਤਮਾ ਹੈ ਇੱਥੇ, ਮੈਂ ਇੱਥੇ ਹਮਲਾ ਨਾ ਕਰਦਾ, ਹੁਣ ਉਸ ਪੀਰ ਕੋਲੋਂ ਕੁਝ ਪ੍ਰਾਪਤ ਕੀਤਾ ਜਾ ਸਕਦਾ। ਸੋ ਬਾਬਰ ਨੰਗੇ ਪੈਰੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਣ ਵਾਸਤੇ ਚੜਿਆ ਆ ਰਿਹਾ ਹੈ। ਆਇਆ ਖੁਰਾਸਾਨ ਅਫਗਾਨਿਸਤਾਨ, ਉਸਨੂੰ ਕਸਮ ਵਾਲਾ ਬਣਾਇਆ,
ਬੜਾ ਬਲਵਾਨ ਹੁਕਮਰਾਨ ਦਿੱਤਾ, ਉਹਦੇ ਰਾਹੀਂ ਹਿੰਦੁਸਤਾਨ ਵਿੱਚ ਡਰ ਪੈਦਾ ਕੀਤਾ, ਖੁਰਾਸਾਨ ਖਤਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਗਰ ਮੁਗਲ ਚੜਾਇਆ, ਇਹ ਕਰਤਾ ਇਹ ਅਕਾਲ ਪੁਰਖੇ ਆਪ ਨੂੰ ਦੋਸ਼ ਤੋਂ ਬਰੀ ਰੱਖਣਾ ਚਾਹੁੰਦਾ ਹੈ, ਔਰ ਜਮਾਂ ਦਾ ਰੂਪ ਦੇ ਕੇ ਮੁਗਲਾਂ ਨੂੰ ਚੜਾ ਕਰ ਲਿਆ ਹੈ, ਬੜੀ ਗੱਲ ਪੁੱਛਣਾ ਚਾਹੁੰਦਾ, ਖੇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ, ਤੂੰ ਦਇਆ ਨਾ ਦਿਖਾ ਨਾ, ਅੱਗੇ ਦਰਦ ਨਹੀਂ ਆਇਆ, ਇੰਨੀ ਆਹ ਕਾਰ ਬੱਚੀ ਹੈ, ਪਰ ਆਪਦੇ ਮਨ ਤੇ ਅਸਰ ਕੋਈ ਨਹੀਂ ਹੋਇਆ, ਕਰਤਾ ਤੂੰ ਸਭਨਾ ਕਾ ਸੋਈ ਸੋ ਲੈਣ ਵਾਲਾ ਰਾਖੀ ਕਰਨ ਵਾਲਾ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਸਾਮਣ ਰੋਸ ਨਾ ਹੋਈ, ਤਾਕਤਵਰ ਤਾਕਤਵਰ ਨੂੰ ਮਾਰੇ ਮੈਨੂੰ ਕੋਈ ਰੋਸ ਨਹੀਂ, ਮੁਗਲ ਸਿਪਾਹੀ ਪਠਾਨ ਸਿਪਾਹੀਆਂ ਨੂੰ ਮਾਰ ਦੇ ਮੈਨੂੰ ਕੋਈ ਰੋਸ ਨਹੀਂ, ਪਰ ਮੇਰੇ ਮਾਲਿਕ ਹੁਣ ਮੈਨੂੰ ਤੇਰੇ ਤੇ ਰੋਸ ਹੈ, ਜੇ ਸਕਤਾ ਸਕਤੇ ਕੋ ਮਾਰੇ ਸਾਮਣ ਰੋਸ ਨਾ ਹੋਈ, ਸਕਤਾ ਸਿੰਘ ਮਾਰੇ ਪੈ ਪੱਗੇ ਖਤਮੇ ਸਾ ਪਰਸਾਈ, ਜੇ ਤਾਕਤਵਰ ਸ਼ੇਰ ਨਤਾਨੀਆਂ ਗਾਈ ਨੂੰ ਮਾਰੇਗਾ ਤਾਂ ਰਾਖੇ ਤੋਂ ਵੀ ਕੁਛ ਹੋਵੇਗੀ, ਕਿ ਤੂੰ ਕਿਤੇ ਸੋਤਾ ਪਿਆ ਸੈਂ, ਸੋ ਇਹਨਾਂ ਨੇ ਨਤਾਣੀਆਂ ਗਊਆਂ ਤੇ ਬਾਲ ਨਿਮਾਣੀਆਂ ਲੜਕੀਆਂ ਤੇ ਪਾਪ ਕੀਤਾ ਹੈ, ਅਤਿਆਚਾਰ ਕੀਤਾ ਹੈ, ਇਹਦੀ ਤੈਨੂੰ ਵੀ ਕੁਛ ਹੋਏਗੀ, ਬਾਬਰ ਦੇ ਮਨ ਤੇ ਚੋਟ ਲੱਗੀ, ਜਿਹੜਾ ਖੁਦਾ ਨੂੰ ਖਰੀਆਂ ਸੁਣਾ ਰਿਹਾ ਹੈ ਮੈਂ ਕਿਤੇ ਪਾਣੀ ਹਾਰ, ਇਸ਼ਾਰਾ ਕੀਤਾ ਐਲਕਾਰ ਪਾਸੇ ਹੋ ਗਏ ਸਾਹਮਣੇ ਆਇਆ, ਹੱਥ ਜੋੜ ਕੇ ਕਹਿਣ ਲੱਗਾ ਬਲੀ ਅੱਲਾ ਬਾਬਰ ਸ਼ਹਿਨਸ਼ਾਹ ਦੀ ਹੈਸੀਅਤ ਵਿੱਚ ਨਹੀਂ, ਇੱਕ ਭਿਖਾਰੀ ਦੀ ਹੈਸੀਅਤ ਵਿੱਚ ਆਇਆ, ਹਜ਼ੂਰ ਤੋਂ ਕੁਝ ਮੰਗਣਾ ਚਾਹੁੰਦਾ ਹੈ, ਮੈਂ ਕਿਹਾ ਪਰ ਕੇ ਤੱਕਿਆ ਦਾਤਾਰ ਨੇ, ਬਾਬਰ ਸੱਚ ਕਹਿਣਾ ਹੈ ਕੁਛ ਮੰਗਣਾ ਚਾਹੁੰਦਾ ਹੈ, ਹਾਂ ਬਲੀ ਅੱਲਾ, ਤਾਂ ਫਿਰ ਪਹਿਲਾਂ ਮੰਗਤਿਆਂ ਵਾਲਾ ਰੂਪ ਦਾ ਤਾਰਨਾ, ਦੇਰ ਵਾਂਗ ਮਨ ਤੇ ਆਕਰ ਕੇ ਤੇਰੀ ਖੁਲੋਇਆ ਕਰਦੇ, ਇੱਕ ਹੋਰ ਜੋੜ ਲੱਗੀ, ਇਤਨੀ ਫੇਰ ਨਹੀਂ ਆਤੀ, ਇਸਦੇ ਮੂੰਹ ਕੋਈ ਆਸ਼ੀਰਵਾਦ ਮਿਲ ਗਈ ਅਜੋ ਹਿੰਦੁਸਤਾਨ ਦੀ ਬਾਦਸ਼ਾਹੀ ਮਿਲ ਜਾਏਗੀ, ਗੋਲੀਆਂ ਪਾਰ ਹੋਇਆ ਬਾਬਰ ਦੁਆ ਵਾਸਤੇ ਹੱਥ ਫੈਲਾਏ, ਬਲੀ ਅੱਲਾ ਹੁਣ ਮੇਰੇ ਹੱਕ ਮੇਰੀ ਦੁਆ ਕਰੋ ਮੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਮਿਲ ਜਾਏ, ਹਜ਼ੂਰ ਨੇ ਕਿਹਾ ਬਾਬਰੇ ਜਿਹੜੇ ਹੱਥ ਦੁਆ ਵਾਸਤੇ ਫੈਲਾਏ ਮੇਰਾ ਨੀਂਦ ਲਾ ਕੇ ਤੱਕ ਇਹਨਾਂ ਉੱਤੇ ਕਿਸੇ ਬੇਗੁਨਾਹ ਦਾ ਲਹੂ ਤਾਂ ਨਹੀਂ ਲੱਗਾ ਹੋਇਆ, ਕਿਉਂਕਿ ਲਹੂ ਪਿੰਨੇ ਹੱਥਾਂ ਦੀ ਅਰਦਾਸ ਅੱਲਾ ਦੇ ਘਰ ਵਿੱਚ ਪਰਵਾਹ ਨਹੀਂ ਹੋਇਆ ਕਰਦੇ, ਮੈਂ ਤੈਨੂੰ ਕੁਝ ਨਹੀਂ ਦੇ ਸਕਦਾ, ਤੇਰਾ ਮੁਹੰਮਦ ਤੈਨੂੰ ਕੁਝ ਨਹੀਂ ਦੇ ਸਕੇਗਾ, ਤੇਰਾ ਖੁਦਾ ਵੀ ਤੈਨੂੰ ਕੁਝ ਨਹੀਂ ਦੇ ਸਕੇਗਾ, ਬਲੀ ਅੱਲਾ ਫਿਰ ਕੋਈ ਰਸਤਾ ਦੱਸੋ ਕਿਧਰ ਮੇਰੀ ਮੁਰਾਦ ਪੂਰੀ ਹੋਏ, ਹਜ਼ੂਰ ਕਹਿੰਦੇ ਨੇ ਬਾਬਰੇ ਇਹ ਕੋਈ ਰਸਤਾ ਹੈ ਜਿਹਨਾਂ ਨੂੰ ਸਤਾਇਆ ਹੀ ਇਹਨਾਂ ਤੇ ਰਹਿਮ ਕਰ, ਜੋ ਕਿਸੇ ਨੂੰ ਤੂੰ ਦੇ ਨਹੀਂ ਸੀ ਸਕਦਾ ਉਹ ਲੈਣ ਦਾ ਵੀ ਹੱਕ ਨਹੀਂ ਸੀ, ਪਰ ਹੈ ਜੋ ਹੋਇਆ ਜ਼ੁਲਮ ਉਹਦਾ ਖਮਿਆਜ਼ਾ ਹੈ, ਇਹਨਾਂ ਦੇ ਦਸਤ ਕਰ, ਇਹਨਾਂ ਨੂੰ ਰਿਹਾ ਕਰ ਦੇ, ਇਹਨਾਂ ਵਿੱਚ ਕਿਸੇ ਦੇ ਮੂੰਹ ਅਸੀਸ ਹੋ ਗਈ ਤੇਰਾ ਬੇੜਾ ਪਾਰ ਹੋ ਜਾਏਗਾ, ਗੁਰਦੇਵ ਕਿਵੇਂ ਕਹਿ ਰਹੇ ਭਾਈ, ਅੱਗੇ
ਦਿਖਾ ਔਰ ਮਤ ਕਿਸੀ ਕੀ ਆਹ ਹਲੇ, ਦਿਲ ਕੇ ਦੁੱਖ ਜਾਣੇ ਸੇ ਨਾ ਤਾਂ ਅਰਸ਼ ਵੀ ਹਿਲ ਜਾਏ। ਹਜ਼ੂਰ ਨੇ ਕਿਹਾ, ਬਾਬਰ ਜੋ ਤੂੰ ਦੇ ਨਹੀਂ ਸਕਦਾ ਉਹ ਤੈਨੂੰ ਲੈਣ ਦਾ ਵੀ ਹੱਕ ਨਹੀਂ। ਇਹਨਾਂ ਬੇਗੁਨਾਹ ਨੇ ਕੁਛ ਨਹੀਂ ਗਵਾਇਆ, ਇਹਨਾਂ ਨੂੰ ਰਿਹਾ ਕਰ ਦੇ। ਗੁਰੂ ਮਹਾਰਾਜ ਜੀ ਦਾ ਤਿਆਗ, ਉਹਨਾਂ ਦੀ ਮਹਾਨ ਸ਼ਖਸੀਅਤ ਔਰ ਇਸ ਪਰ ਉਪਕਾਰ ਨੇ ਬਾਬਰ ਦਾ ਮਨ ਮੋਹ ਲਿਆ। ਬਾਬਰ ਚਰਨਾ ਤੇ ਕਹਿ ਪਿਆ, ਠੀਕ ਹੈ, ਦੀਨ ਦਿਆਲ ਮੇਰਾ ਘਰ ਸਾਰਾ ਤੇਰਾ ਆਵਿਆ ਘਰ ਰਹੇਗਾ। ਹਜ਼ੂਰ ਜਿੰਨਾ ਚਿਰ ਰਾਜ ਕਰਾਂਗਾ ਇਨਸਾਫ ਦਾ ਕਰਾਂਗਾ। ਦਾਤਾਰ ਨੇ ਕਿਹਾ, ਬਾਬਰ ਇਨਸਾਫ ਰਹੇਗਾ ਤਾਂ ਰਾਜ ਵੀ ਰਹੇਗਾ, ਇਨਸਾਫ ਨਹੀਂ ਰਹੇਗਾ ਤਾਂ ਰਾਜ ਵੀ ਖਤਮ ਹੋ ਜਾਏਗਾ। ਫਿਰ ਮੇਰਾ ਪ੍ਰਮਾਣ ਤੋਂ ਮਤਲਬ ਹੈ, ਦੀਨ ਔਰ ਦੁਨੀਆਂ ਦੇ ਮਾਲਿਕ ਲੋਕਾਂ ਨੂੰ ਉਤਾਰਨ ਵਾਸਤੇ, ਉਪਕਾਰ ਵਾਸਤੇ ਆਏ ਸਨ। ਭਾਈ ਗੁਰਦਾਸ ਜੀ ਦੇ ਇਹ ਸ਼ਬਦ ਕਲ ਤਾਰਨ ਗੁਰੂ ਨਾਨਕ ਆਇਆ ਸਦਾ ਅਟਲ ਹੈ।